ਬੰਚ ਪੰਜਾਬੀ 'ਚ ਕਹਿ ਲਓ, ਇੱਧਰ ਭਾਈ ਛੱਬੀ ਸਾਹਿਬ ਅਤੇ ਇੱਧਰ ਮੈਂ, ਵਿਚਕਾਰ ਬਾਬਾ ਜੀ ਸਰਕਾਰ, ਅਤੇ ਮੂੰਹ ਬਾਹਰ ਸਰਕਾਰ ਦਾ ਬਾਬਾ ਜੀ ਮਸਜਿਦ ਤੋਂ ਬਾਅਦ ਮੈਦਾਨ 'ਚ, ਇਸ ਤਰ੍ਹਾਂ ਮਸਜਿਦ ਸੀ, ਸੈਨ ਸੀ, ਅਤੇ ਖੁੱਲ੍ਹਾ ਇਹਨੇ ਇਹਨੇ ਨਮਾਜ਼ ਕਰਾ ਦਿੱਤੀ ਜੀ। ਹਾਂਜੀ, ਬਾਬਾ ਜੀ ਸਰਕਾਰ ਫਰਮਾਉਂਦੇ ਨੇ ਭਾਈ ਸ਼ਫੀ ਸਾਹਿਬ ਇਸ਼ਾਰੇ ਨਾਲ, ਬੋਲਦੇ ਘੱਟ ਤਸਵੀ ਚਲੀ ਜਾ ਰਹੀ ਸੀ, ਹਾਂ ਇਸ਼ਾਰਾ ਨੇ ਇਸ ਤਰ੍ਹਾਂ ਕੀਤਾ ਕਿ ਫਿਰ ਬਾਬੇ ਅੰਗ ਸਿਨੇਮਾ ਤਸਵੀ ਇਸ ਤਰ੍ਹਾਂ ਗਈ ਨਾ, ਇਹ ਅੰਗ ਸਿਨੇਮਾ ਇਸ ਤਰ੍ਹਾਂ ਭਾਈ ਸ਼ਫੀ ਸਾਹਿਬ ਨੂੰ ਕਹਿੰਦੇ ਵੀ ਕੀ ਕਹਿੰਦੇ, ਮੈਂ ਕਿਹਾ ਤੁਹਾਨੂੰ ਨਹੀਂ ਸਮਝ ਆਈ ਦੇਖੋ, ਸਾਨੂੰ ਕੀ ਸਮਝ ਪ੍ਰਦੇਸ਼ ਸੀ, ਇੰਨਾ ਹੀ ਮੈਂ ਕਿਹਾ ਨਾ ਬਾਬਾ ਜੀ ਕਹਿੰਦੇ ਇਸ ਤਰ੍ਹਾਂ ਮਾਰਿਆ ਕਲਕਾ ਭਾਈ ਛੱਬੀ ਨੱਸ ਗਿਆ, ਉਹ ਪਿੱਛੇ ਜਾ ਕੇ ਪਿਲਰਾਂ ਪਿੱਛੇ ਖਲੋ ਗਏ, ਉਹ ਮਸਜਿਦ ਨਾ ਉਹਦੇ ਪਿੱਛੇ ਕੁਰਾਨ ਮਿਲ ਦੇ ਨਾਲ ਹੀ, ਤਾਂ ਉੱਥੇ ਦਰਜੇ ਕਾ ਮਸਜਿਦ ਹੈ ਕੁਰਾਨ, ਮੱਕਾ ਮਦੀਨਾ, ਮੱਕਾ ਸ਼੍ਰੀ ਮਦੀਨਾ ਸ਼੍ਰੀ ਮਸਜਿਦ ਅਕਸਰ ਚੌਥੇ ਦਰਜੇ ਦੀ ਮਸਜਿਦ, ਉਹ ਨੱਸ ਗਏ ਬਾਬਾ, ਫਿਰ ਨੀਵੇਂ ਜਾ ਕੇ ਤਸਵੀਰ ਕੀਤੀ ਭਾਈ ਛੱਬੀ ਉੱਥੇ, ਮੈਂ ਫਿਰ ਪਿਲਰ ਦੇ ਪਿੱਛੇ ਖਲੋ ਕੇ ਗੰਦ ਖਾਦਾ, ਉਹ ਮੈਂ ਕਹਿੰਦਾ ਦੱਸੋ, ਉਹ ਮੈਨੂੰ ਆਪਣੀ ਫਿਕਰ ਪੈ ਗਈ ਇਹ ਬੰਦਾ ਨੱਸ ਗਿਆ ਤੇ ਮੇਰਾ ਕੀ ਬਣ ਗਿਆ। ਇਹ ਤਾਬੇਦਾਰ ਲੋਕ ਸੀ, ਦੀਵਾਨੇ ਬਾਬੇ ਦੇ, ਇਸ ਦਿਨ ਇਸ ਨੇ ਕਿਹਾ ਨਾ ਸੁਣਾ ਜੀ ਭਾਈ ਸਾਹਿਬ ਠੀਕ ਠਾਕ, ਉਹ ਠੀਕ ਹੈ ਯਾਰ ਖੈਰ ਕੀ ਠੀਕ ਹੈ ਖੈਰ, ਉਹ ਤਿੰਨ ਦਿਨ ਤੋਂ ਬਾਬਾ ਸਰਕਾਰ ਬਾਹਰ ਨਹੀਂ ਆ ਰਹੇ, ਮਰੇ ਪਏ ਹੈ, ਅੱਲਾ ਅੱਲਾ, ਤਿੰਨ ਦਿਨ ਤੋਂ ਬਾਹਰ ਨਹੀਂ ਆ ਰਹੇ, ਮਰੇ ਪਏ ਹੈ, ਕੋਈ ਖਾਣ ਪੀਣ ਨੂੰ ਚੰਗਾ ਨਹੀਂ ਲੱਗਦਾ, ਕੋਈ ਚੀਜ਼ ਚੰਗੀ ਨਹੀਂ ਲੱਗਦੀ, ਬੜੇ ਪਰੇਸ਼ਾਨ ਹੈ। ਮੈਂ ਦਿਲ 'ਚ ਕਿਹਾ ਮੈਨੂੰ ਕੀ, ਮੈਨੂੰ ਕੋਈ ਵਕਤ ਐਸਾ ਯਾਦ ਨਹੀਂ ਕਿ ਮੈਂ ਗਿਆ ਹੋ ਅਤੇ ਬਾਬਾ ਸਰਕਾਰ ਨੇ ਕਰਮ ਨਾ ਫਰਮਾਇਆ ਹੋਵੇ ਔਰ ਮੈਨੂੰ ਨਾ ਮਿਲੇ ਹੋਣ, ਉਹ ਆਪਣੇ ਫਰਮਾਇਆ ਜਬ ਚਾਹੇ ਮੇਰੇ ਸਾਥ ਬਾਤ ਕਰ ਸਕਦਾ ਤਾਂ ਮੈਂ ਕੋਈ ਬਾਤ ਨਾ ਕਰਨਗੇ ਮੇਰੇ ਸਾਥ, ਇੱਥੋਂ ਹੋ ਨਹੀਂ ਸਕਦਾ। ਔਰ ਦੋ ਚਾਰ ਪੰਜ ਮਿੰਟ ਲੰਘੇ ਐਸਾ ਬਾਬਾ ਸਰਕਾਰ ਬੁਲਾਉਂਦੇ, ਅੰਦਰ ਗਿਆ ਬਾਬਾ ਸਰਕਾਰ ਬੈਠਣਾ ਐਸਾ ਕੀਤਾ, ਠੀਕ ਠਾਕ ਮੇਰੇ ਦਿਲ 'ਚ ਆਈ, ਮੈਂ ਗੁਨਾਹਗਾਰ ਕਮੀਨਾ ਪਰਦੇਸੀ ਲੰਦਰ, ਮੈਂ ਭਾਈ ਛੱਬੀ ਸਰ ਬਾਬੇ ਦਾ ਦੀਵਾਨਾ ਮਸਤਾਨਾ, ਇਹ ਵਿਚਾਰਾ ਮਰਨ ਜਾਣ ਬਰੀ ਮਰੀ ਜਾਂਦਾ, ਇਹਦੇ ਬਾਬਾ ਇਹਨੂੰ ਬੁਲਾ ਲਵੇ ਨਾ, ਸਾਡਾ ਦਿਲ ਹੀ ਇਹ ਜਿਹਾ ਨਰਮ ਬਣਾਇਆ ਰੱਬ ਨੇ, ਅਸੀਂ ਕੀ ਕਰੀ, ਮੈਂ ਕਿਹਾ ਕਿਤੇ ਬਾਬਾ ਸੋਹਣੇ ਇਹਨੂੰ ਸ਼ਫੀ ਨੂੰ ਬੁਲਾ ਲੈਣਾ, ਆਉਂ ਤੱਕੇ ਮੇਰੇ ਨਾਲ ਸੁਣ, ਮੈਂ ਨਰਾਜ਼ ਉਦੋਂ ਮੂੰਹ ਕਰਕੇ ਇਸ ਤਰ੍ਹਾਂ ਮੁਸਕਰਾਇਆ ਇੱਧਰ ਮੂੰਹ ਕਰਕੇ, ਸ਼ਫੀ ਗੇਟ 'ਤੇ ਬੰਦਾ ਖੜਾ ਸੀ, ਸ਼ਫੀ ਬੁਲਾਏ ਭਾਈ ਛੱਬੀ ਸਾਹਿਬ ਆ ਗਏ, ਉਹ ਵੀ ਬਹਿ ਗਿਆ, ਬਾਬੇ ਸਰਕਾਰ ਮੈਂ ਭਾਈ ਛੱਬੀ, ਮੈਂ ਕਿਹਾ ਜੀ ਬਾਬੇ ਨੇ ਕਰਮ ਕਰਤਾ ਨਾ, ਭਾਈ ਛੱਬੀ ਸਾਹਿਬ ਬੁਲਾ ਰਿਹਾ ਅਤੇ ਨਜੀਬੁੱਲਾ ਸਾਹਿਬ ਵੀ ਬੁਲਾ ਹੀ ਰਹੇ, ਵਿਚਾਰੇ ਬਾਤ ਉਹ ਵੀ ਚੰਗੇ ਹੋਣਗੇ, ਕੀ ਹਿਸਾਬ ਹੈ ਸਾਨੂੰ ਵੀ ਪਤਾ ਬਾਹਰ ਹੀ, ਹੁਣ ਤਾਂ ਪ੍ਰਿੰਦ ਮੁਸਕਰਾ, ਮੈਂ ਨਜੀਬੁੱਲਾ ਸਾਹਿਬ ਭਾਈ ਛੱਬੀ ਸਾਹਿਬ ਹੈ ਬਾਬਾ, ਉੱਥੇ ਬਾਬਾ ਜੀ ਨੇ ਮੈਨੂੰ ਫਰਮਾਇਆ ਭਾਈ ਖਾਜਾ ਮੈਂ ਬਿਮਾਰ ਮੂਰ ਕੋਈ ਨਹੀਂ ਹੂੰ, ਮੇਰੇ ਕੋਰਸਿਸ ਦਾ ਕੋਰਸਿਸ 86 ਸਾਲ ਦੀ ਉਮਰ ਹੋ ਗਈ ਸੀ ਅਤੇ ਮਕਾਮ ਸੁਭਾਨ ਅੱਲਾ ਸਵਰਾ ਅਲਵਰਾ, ਫਰਮਾਇਆ ਮੇਰੇ ਕੋਰਸਿਸ ਹੈ, ਕੋਰਸਿਸ ਨਹੀਂ ਮੁੱਕੇ, ਅਤੇ ਦੋ ਤਸਵੀਆਂ ਮਾਰ ਫੂਕਾਂ ਮਾਰਨ ਲੱਗ ਪਈ, ਹੈਂ ਮੁੰਡੇ ਇਹਨੂੰ ਨੇ ਬੰਨਦਾ ਹੋਇਆ, ਮੈਨੂੰ ਬੰਨ ਕੇ ਰੱਖ ਦਰਬਾਰ ਨਹੀਂ ਜਾਣ ਦੇ, ਲੜ ਨਹੀਂ ਦਿੰਦੇ, ਮੈਂ ਇੱਥੇ ਬੈਠਾ ਇਹਨਾਂ ਨੇ ਮੇਰੇ ਬੰਨੇ ਹੈ, ਉਹ ਕਹਿੰਦੇ ਹੋਣੇ ਕਿ ਬਾਬੇ ਜਦੋਂ ਵੀ ਕਬੀਰ ਦੇ ਕਿਤੇ ਇੱਧਰ ਮੈਂ ਤੁਰ ਪੜ ਕੇ ਲੱਗਦਾ, ਮੈਂ ਬਿਮਾਰ ਹੂੰ ਨੇ ਮੇਰਾ ਕੋਰਸ ਮੈਨੂੰ ਇਹਨਾਂ ਨੇ ਬੰਨੇ ਆਏ, ਅਸਲੀ ਗੱਲ ਆਈ ਜੇ ਹੁਣ ਖਾਜਾ ਜੀ ਸਰਕਾਰ ਅੱਜ ਕੱਲ੍ਹ ਦਿਨ ਹਜ਼ਾਰ ਸਾਲ ਕੇ ਬਾਅਦ ਆਇਆ, ਮੈਂ ਕਿਹਾ ਜੀ ਆਇਆ, ਜ਼ਰੂਰਤ ਸੀ ਪੁੱਛਣ ਦੀ ਕੱਲ੍ਹ ਸਰਕਾਰ ਕਾਹਦਾ ਹਜ਼ਾਰ ਦਿਨ ਕਿਹੜਾ ਕਿਹੜੇ ਕਰਦੇ ਤੂੰ ਤਾਂ ਅੱਜ ਦੱਸੋ, ਸਾਨੂੰ ਕੀ ਬਾਬੇ ਨੇ ਕਿਹਾ ਦੱਸ ਆ ਗਿਆ ਅਤੇ ਆ ਗਿਆ, ਭਾਈ ਅੱਜ ਕੱਲ੍ਹ ਦਿਨ ਹਜ਼ਾਰ ਸਾਲ ਕੇ ਬਾਅਦ ਆਇਆ ਹੈ, ਮੈਂ ਕਿਹਾ ਜੀ ਸਰਕਾਰ ਆ ਅਜੇ ਤੁਮਾਰਾ ਹੈ, ਸੁਭਾਨ ਅੱਲਾ ਸੁਭਾਨ ਅੱਲਾ, ਤਕਰੀਰ ਵੀ ਤੁਮ ਕਰੋ ਲੰਗਰ ਵੀ ਤੁਮ ਬਣ, ਇਹ ਦੋਵੇਂ ਹੀ ਬੈਠੇ ਸੀ ਬਜ਼ੁਰਗਾਂ ਨੇ ਬੈਠੇ ਸੀ, ਅਸੀਂ ਕਿ ਮਹੀਨੇ ਲੈ ਦੇ ਕੇ ਬਾਹਰ, ਅੱਜ ਕੱਲ੍ਹ ਦਿਨ ਹਜ਼ਾਰ ਸਾਲ ਕੇ ਬਾਅਦ ਆਇਆ ਹੈ, ਜੇ ਤੁਮਾਰਾ ਹੈ ਜਾਓ ਤਕਰੀਰ ਵੀ ਤੁਮ ਕਰੋ ਔਰ ਲੰਗਰ ਵੀ ਤੁਮ ਬਣਾਏ, ਗੁਰੂ ਅੱਲਾ ਨੇ ਆਪਣੀ ਕਿਤਾਬ ਥੋੜ੍ਹੇ ਜਿਹੇ ਲਿਖਿਆ ਲੇਕਿਨ ਉਹ ਇੱਕ